ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਤਿਹਾਸ ਇਸ ਪ੍ਰੋਗਰਾਮ ਦੇ ਵਿੱਚ, ਅੱਜ 23 ਜੁਲਾਈ ਜੋ ਅੱਜ ਦਾ ਇਤਿਹਾਸ ਹੈ ਸਾ ਸੰਗਤ, 23 ਜੁਲਾਈ ਦਾ ਉਹ ਦਿਨ ਜਿਹੜਾ ਇਤਿਹਾਸ ਦੇ ਵਿੱਚ ਇੱਕ ਵੱਖਰੀ ਪਹਿਚਾਣ ਰੱਖਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ, ਉਸ ਤੋਂ ਬਾਅਦ ਚਮਕੌਰ ਦੇ ਵਿੱਚ ਜੰਗ, ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮੁਕਤਸਰ ਦੇ ਵਿੱਚ ਜੰਗ, ਇਹ ਸਾਰੀਆਂ ਜੰਗਾਂ ਤੋਂ ਬਾਅਦ ਜਿੱਥੇ ਬੇਅੰਤ ਸਿੰਘ ਜਿਹੜੇ ਨੇ ਸ਼ਹੀਦ ਹੋਏ ਨੇ, ਉੱਥੇ ਮੁਗਲ ਸਿਪਾਹੀਆਂ ਦੀ ਜਿਹੜੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਵੀ ਕੈਜੁਅਲਟੀ ਹੋਈ, ਉਹ ਵੀ ਮੌਤ ਦੇ ਘਾਟ ਤਾਰੇ ਗਏ। ਇਸ ਕਰਕੇ ਜਿਹੜੇ ਮੁਗਲ ਸਿਪਾਹੀ ਸੀ ਉਹ ਭਾਵੇਂ ਹੋਰ ਕਿਸੇ ਵਿਦੇਸ਼ੀ ਹਮਲਾਵਰ ਨਾਲ ਲੜਨ ਵਾਸਤੇ ਤਾਂ ਤਿਆਰ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਖਾਲਸੇ ਨਾਲ ਲੜਨ ਵਾਸਤੇ ਤਿਆਰ ਨਹੀਂ ਸੀ। ਇਸ ਕਰਕੇ ਉਹ ਦਿਲੋ ਦਿਲੀ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਿੱਖਾਂ ਦੇ ਨਾਲ ਲੜਨਾ ਜਿਹੜਾ ਨਹੀਂ ਸੀ ਚਾਹੁੰਦੇ। ਇਤਫਾਕਨ ਬਹਾਦਰ ਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਔਰੰਗਜ਼ੇਬ ਦੇ ਦੋ ਬੇਟੇ ਨੇ ਸਾਹਿਬਜ਼ਾਦਾ ਆਜ਼ਮ ਔਰ ਸਾਹਿਬਜ਼ਾਦਾ ਮੁਆਜ਼ਮ, ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਹੈ ਜੰਗ ਸ਼ੁਰੂ ਹੁੰਦੀ ਹੈ, ਔਰ ਉਸ ਵਕਤ ਜਿਹੜਾ ਸਾਹਿਬਜ਼ਾਦਾ ਮੁਆਜ਼ਮ ਹੈ ਜਿਹੜਾ ਬਹਾਦਰ ਸ਼ਾਹ ਦੇ ਨਾਮ 'ਤੇ ਦਿੱਲੀ ਦੇ ਤਖ਼ਤ 'ਤੇ ਬਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਕੇ ਇਹ ਬੇਨਤੀ ਕਰਦਾ, ਉਹ ਆਪਣੇ ਲਾਲਚੀ ਭੇਜ ਕੇ ਇਹ ਗੁਰੂ ਸਾਹਿਬ ਕੋਲੋਂ ਹੈਲਪ ਮੰਗਦਾ ਵੀ ਜੇ ਗੁਰੂ ਸਾਹਿਬ ਮਹਾਰਾਜ ਮੇਰੀ ਇਹਦੇ ਵਿੱਚ ਹੈਲਪ ਕਰਨ ਅਤੇ ਮੈਂ ਗੁਰੂ ਪਾਤਸ਼ਾਹ ਮਹਾਰਾਜ ਜੋ ਵੀ ਮੇਰੇ ਕੋਲ ਇਸ ਦੇ ਬਦਲੇ ਮੰਗਣਗੇ ਮੈਂ ਦੇਣ ਵਾਸਤੇ ਤਿਆਰ ਹਾਂ। ਖੈਰ ਗੁਰੂ ਪਾਤਸ਼ਾਹ ਉਹਦੇ ਕੋਲੋਂ ਕੋਈ ਮੰਗਣ ਵਾਸਤੇ ਨਹੀਂ, ਬਲਕਿ ਗੁਰੂ ਨਾਨਕ ਦੇ ਘਰ ਦੀ ਸ਼ੁਰੂ ਤੋਂ ਰਵਾਇਤ ਰਹੀ ਹੈ ਕਿ ਜਿਹੜਾ ਵੀ ਇਸ ਦਰ 'ਤੇ ਆਇਆ ਉਹ ਇਸ ਦਰ ਤੋਂ ਖਾਲੀ ਨਹੀਂ ਗਿਆ। ਸੋ ਅਖੀਰ ਇਸ ਦਰ 'ਤੇ ਜਦੋਂ ਇਹ ਫਰਿਆਦ ਉਹਦੀ ਪਹੁੰਚਦੀ ਹੈ ਅਤੇ ਗੁਰੂ ਸਾਹਿਬ ਮਹਾਰਾਜ 1300 ਘੋੜ ਸਿਪਾਹੀ ਲੈ ਕੇ ਜਿਹੜੇ ਨੇ ਨਾਲ ਘੋੜ ਸਵਾਰ ਸਿਪਾਹੀ ਲੈ ਕੇ ਜਿਹੜੇ ਨੇ ਜੈਜੋ ਦੇ ਮੈਦਾਨ ਦੇ ਵਿੱਚ ਜੰਗ ਹੁੰਦੀ, ਔਰ ਇਸ ਜੰਗ ਦੇ ਵਿੱਚ ਬਹਾਦਰ ਸ਼ਾਹ ਦੀ ਜਿੱਤ ਹੁੰਦੀ ਹੈ। ਅਖੀਰ ਇਹ ਜੰਗ ਜਿਹੜੀ ਸੀ 18 ਜੂਨ 1707 ਨੂੰ ਜੈਜੋ ਦੇ ਮੈਦਾਨ ਦੇ ਵਿੱਚ ਲੜੀ ਗਈ। ਇਸ ਤੋਂ ਬਾਅਦ ਬਹਾਦਰ ਸ਼ਾਹ ਜਿਹੜਾ ਹੈ ਉਹ ਬਹੁਤ ਪ੍ਰਸੰਨ ਹੋਇਆ, ਔਰ ਉਹ ਮਨ ਵਿੱਚ ਚਾਹੁੰਦਾ ਸੀ ਕਿ ਮੈਂ ਇਹੋ ਜਿਹੇ ਗੁਰੂ ਦੇ ਦਰਸ਼ਨ ਕਰਾਂ, ਇਹੋ ਜਿਹੇ ਗੁਰੂ ਨੂੰ ਮਿਲਾਂ ਜਿਸ ਗੁਰੂ ਦੇ ਇੱਕ ਹੁਕਮ ਦੇ ਨਾਲ ਬੇਅੰਤ ਸਿੰਘ ਜਿਹੜੇ ਨੇ ਆਪਣੀਆਂ ਜਾਨਾਂ ਕੁਰਬਾਨੀ 'ਤੇ ਜਿਹੜੀਆਂ ਨੇ ਸਤਲੀ 'ਤੇ ਧਰ ਕੇ ਕੁਰਬਾਨੀ ਵਾਸਤੇ ਨਿਕਲ ਕੇ ਆਉਂਦੇ ਨੇ। ਅਖੀਰ ਗੁਰੂ ਸਾਹਿਬ ਦੇ ਕੋਲੋਂ ਦਰਸ਼ਨਾਂ ਵਾਸਤੇ ਉਹ ਫਰਿਆਦ ਕਰਦਾ, ਔਰ ਗੁਰੂ ਸਾਹਿਬ ਉਸ ਨੂੰ ਸਮਾਂ ਦਿੰਦੇ ਨੇ। ਦਿੱਲੀ ਨਿਜ਼ਾਮੂਦੀਨ ਦੇ ਕੰਢੇ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ, ਜਿਸ ਥਾਂ ਦੇ ਉੱਤੇ ਅੱਜ ਦੇ ਦਿਨ 23 ਜੁਲਾਈ 1707 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੇ ਨੇ ਉਹ ਬਹਾਦਰ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ। ਸੋ ਅੱਜ ਦਾ ਜਿਹੜਾ ਇਹ ਦਿਨ, ਇਤਿਹਾਸਿਕ ਦਿਨ 23 ਜੁਲਾਈ 1707 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਬਹਾਦਰ ਸ਼ਾਹ ਦੇ ਨਾਲ ਜਿਹੜੀ ਮੁਲਾਕਾਤ ਨਿਜ਼ਾਮੂਦੀਨ ਦਿੱਲੀ ਦੇ ਵਿੱਚ ਹੁੰਦੀ ਹੈ, ਇਹ ਅੱਜ ਦਾ ਇਤਿਹਾਸ ਹੈ। ਕੱਲ੍ਹ ਦਾ ਇਤਿਹਾਸ ਲੈ ਕੇ ਫਿਰ ਆਪ ਜੀ ਦੇ ਰੂਬਰੂ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।